ਹੈਲੋ ਐਵਰੀਵਨ, ਵੈਲਕਮ ਟੂ ਨਿਊਜ਼ ਆਫ ਅਲਰਟ। ਅੱਜ ਮੈਂ ਹਾਜ਼ਰ ਹੋਇਆਂ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ। ਇਹ ਅਸਾਮੀਆਂ ਨੇ ਜੀ ਕਲਰਕ ਦੀਆਂ, ਅਤੇ ਅਸਾਮੀਆਂ ਆਈਆਂ ਨੇ ਜ਼ਿਲ੍ਹਾ ਸੈਸ਼ਨ ਜੱਜ ਪਟਿਆਲਾ ਦੇ ਵਿੱਚ। ਅਤੇ ਇਹਨਾਂ ਅਸਾਮੀਆਂ ਦੇ ਲਈ ਜੋ ਕੁਆਲੀਫਿਕੇਸ਼ਨ ਮੰਗੀ ਗਈ ਹੈ, ਉਹ ਮੰਗੀ ਗਈ ਹੈ ਜੀ ਗ੍ਰੈਜੂਏਟ ਦੀ ਡਿਗਰੀ। ਕੋਈ ਵੀ BA, BSc, ਕੋਈ ਵੀ ਗ੍ਰੈਜੂਏਟ ਦੀ ਡਿਗਰੀ ਹੈ ਤਾਂ ਤੁਸੀਂ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰ ਸਕਦੇ ਹੋ। ਏਜ ਲਿਮਿਟ ਦੀ ਗੱਲ ਕਰੀਏ, 18 ਤੋਂ 37 ਸਾਲ ਦੇ ਵਿੱਚ ਤੁਹਾਡੀ ਏਜ ਹੋਣੀ ਚਾਹੀਦੀ ਹੈ ਜੇ ਤੁਸੀਂ ਇਹਨਾਂ ਅਸਾਮੀਆਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ। ਟੋਟਲ ਅਸਾਮੀਆਂ ਨੇ ਜੀ 13, ਅਤੇ ਇਹਨਾਂ ਅਸਾਮੀਆਂ ਦੇ ਲਈ ਜਿਹੜਾ ਐਪਲੀਕੇਸ਼ਨ ਫੋਰਮ ਹੈ ਉਹ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹਨਾਂ ਦੀ ਵੈਬਸਾਈਟ ਤੋਂ https://patiala.dcode.gov.in/notice-categories.recruitment ਤੇ ਜਾ ਕੇ ਤੁਸੀਂ ਐਪਲੀਕੇਸ਼ਨ ਫਾਰਮ ਨੂੰ ਡਾਊਨਲੋਡ ਕਰ ਸਕਦੇ ਹੋ। ਠੀਕ ਹੈ ਜੀ, ਆ ਰਿਹਾ ਐਪਲੀਕੇਸ਼ਨ ਫਾਰਮ, ਅਤੇ ਇਹ ਸਾਰਾ ਫਾਰਮ ਹੈ ਜਿਹੜਾ ਤੁਸੀਂ ਕੈਪੀਟਲ ਲੈਟਰ ਦੇ ਵਿੱਚ ਯਾਨੀ ਕਿ ਵੱਡੇ ਅੱਖਰਾਂ ਦੇ ਵਿੱਚ ਭਰਨਾ ਹੈ, ਇੰਗਲਿਸ਼ ਦੇ ਵਿੱਚ ਫਾਰਮ ਨੂੰ ਫਿਲ ਕਰਨਾ ਹੈ ਤੁਸੀਂ। ਅਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਟਾਈਪਿੰਗ ਟੈਸਟ ਲਿਆ ਜਾਣਾ ਉਹ ਇੰਗਲਿਸ਼ ਅਤੇ ਪੰਜਾਬੀ ਦਾ ਲਿਆ ਜਾਣਾ, ਜਿਸ ਦੀ ਡੇਟ ਅਤੇ ਕਿਹੜੇ ਕਿਹੜੇ ਕੈਂਡੀਡੇਟ ਨੂੰ ਟੈਸਟ ਦੇ ਲਈ ਬੁਲਾਇਆ ਗਿਆ ਉਹ ਵੈਬਸਾਈਟ 'ਤੇ ਪਾ ਦਿੱਤਾ ਜਾਵੇਗਾ। ਤਾਂ ਡੈਟਸ ਆਲ ਗਾਈਜ਼, ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਧੰਨਵਾਦ।